ਜੀ ਨਲਨੀ ਤੁਹਾਡਾ ਇਹ ਪਾਸਪੋਰਟ ਕਿੱਥੋਂ ਆਏ ਹੋ ਮੈਮ ਤੁਸੀਂ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਤੁਸੀਂ ਸਾਰਾ ਸ਼ਹਿਰ ਛੋੜ ਕੇ ਇੱਧਰ ਲੁਧਿਆਣਾ ਬੰਗਾ ਵਗੈਰਾ ਛੱਡ ਕੇ ਇੱਧਰ ਆਏ ਹੋ ਤੇ ਸਾਈਂ ਓਵਰਸੀਜ਼ ਕਿਉਂ ਅਪਲਾਈ ਕੀਤਾ ਤੁਸੀਂ ਸਿਸਟਰ ਦੀ ਲੱਗੀ ਸੀ ਤੇ ਅੱਛਾ ਉਹਨਾਂ ਦਾ ਵੀਜ਼ਾ ਲੱਗਿਆ ਸੀ ਕਿਸ ਕੰਟਰੀ ਦਾ ਯੂਕੇ ਯੂਕੇ ਦਾ ਸੋ ਦੈਟਸ ਵਾਈ ਤੁਸੀਂ ਵੀ ਮੈਂ ਕਿਹਾ ਕਿ ਸਾਈਂ ਓਵਰਸੀਜ਼ ਹੀ ਜਾਣਾ ਹੈ ਇਸ ਤੋਂ ਇਲਾਵਾ ਤੁਸੀਂ ਸੋਸ਼ਲ ਮੀਡੀਆ ਵਗੈਰਾ ਵੀ ਦੇਖਦੇ ਹੋ ਹਾਂਜੀ ਉੱਥੇ ਕਾਫੀ ਜ਼ਿਆਦਾ ਕੰਸਲਟੈਂਟਸ ਐਕਟਿਵ ਨੇ ਜੀ ਤੇ ਤੁਹਾਨੂੰ ਲੱਗਿਆ ਨਹੀਂ ਕਿ ਸਾਨੂੰ ਕਿਸੇ ਹੋਰ ਤੋਂ ਵੀ ਜਾ ਕੇ ਓਪੀਨੀਅਨ ਲੈਣਾ ਚਾਹੀਦਾ ਸਾਨੂੰ ਵਿਸ਼ਵਾਸ ਨਹੀਂ ਵਿਸ਼ਵਾਸ ਹੀ ਨਹੀਂ ਦਿੱਤੇ ਸਾਨੂੰ ਅਸੀਂ ਹੋਰ ਕੋਈ ਟਰਾਈ ਨਹੀਂ ਕੀਤਾ ਕਿਸੇ ਵੀ ਸਿਟੀ 'ਚ ਟਰਾਈ ਨਹੀਂ ਕੀਤਾ ਕਿਸੇ ਸਿਟੀ ਨਹੀਂ ਗਏ ਕਿਤੇ ਨਾ ਲੁਧਿਆਣੇ ਨਾ ਨਵਾਂ ਸ਼ਹਿਰ ਨਾ ਜਲ ਕਿਤੇ ਵੀ ਹੋਰ ਜਲੰਧਰ 'ਚ ਵੀ ਕਿਉਂਕਿ ਨਵਾਂ ਸ਼ਹਿਰ ਵੀ ਕਾਫੀ ਨੇ ਕੰਸਲਟੈਂਟ ਬਹੁਤ ਹੈ ਬਹੁਤ ਉੱਥੇ ਬੱਸ ਸਟੈਂਡ ਦੇ ਨਜ਼ਦੀਕ ਤੇ ਬਹੁਤ ਆਫਿਸ ਨੇ ਲੇਕਿਨ ਡਾਇਰੈਕਟ ਅਸੀਂ ਸਿੱਧੇ ਇੱਥੇ ਆਏ ਕਿਉਂਕਿ ਸਾਡੀ ਬੇਟੀ ਦਾ ਇੱਥੇ ਲੱਗਿਆ ਸੀ ਜਾਨਵੀ ਦਾ ਪਿਛਲੇ ਲਾਸਟ ਈਅਰ ਓਕੇ ਸੋ ਦੈਟਸ ਵਾਈ ਤੁਸੀਂ ਕਿਹਾ ਕਿ ਮੈਂ ਵੀ ਜਲੰਧਰ ਹੀ ਜਾਣਾ ਹੈ ਹਾਂਜੀ ਚਲੋ ਅਸੀਂ ਵੀ ਸਾਥ ਤੁਹਾਨੂੰ ਵੀਜ਼ਾ ਦੇ ਕੇ ਭੇਜਾਂਗੇ ਰਾਈਟ